ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਰੌਣਕ ਤਹਿਸੀਲ ਦੀ ਬੱਲੇ ਬੱਲੇ ਪੁਰਾਣੇ ਕੰਮ ਨਿਪਟਾਉਣ ਦੇ ਵਿੱਚ ਵਧੀਆ ਕਾਰਗੁਜ਼ਾਰੀ, ਗੁਰਦੀਪ ਸਿੰਘ ਰੰਧਾਵਾ ਨੇ ਕੀਤੀ ਤਾਰੀਫ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਊਨ ਵੀ ਦਬਾ ਲਓ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸਾਰੇ ਹੀ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਦਿਨਾਂ ਵਿੱਚ ਇਕੱਠੇ ਹੋਏ ਪੈਂਡਿੰਗ ਕੰਮਾਂ ਨੂੰ ਮੁਕਾਉਣ ਦਾ ਕੰਮ ਜ਼ੋਰਾਂ ਅਤੇ ਸ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਸੇ ਸਿਲਸਿਲੇ ਵਿੱਚ ਡੇਰਾ ਬਰੌਣਕ ਤਹਿਸੀਲ ਦੇ ਵਿੱਚ ਵੀ ਪੈਂਡਿੰਗ ਪਏ ਕੰਮਾਂ ਨੂੰ ਨੇਪੜੇ ਚਾੜਨ ਲਈ ਤਹਿਸੀਲਦਾਰ ਹਰਸਿਮਰਤਜੀਤ ਜੀ ਅਗਵਾਈ ਦੇ ਹੇਠ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਡੇਰਾ ਬਰੌਣਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੀ ਪਹੁੰਚੇ ਅਤੇ ਉਹਨਾਂ ਕਿਹਾ ਕਿ ਮਾਣਯੋਗ ਭਗਵੰਤ ਮਾਨ ਦੀਆਂ ਪੰਜਾਬ ਪ੍ਰਤੀ ਬਣਾਈਆਂ ਵਧੀਆ ਨੀਤੀਆਂ ਦਾ ਸਿਲਾ ਹੈ ਕਿ ਲੋਕਾਂ ਦੇ ਪੁਰਾਣੇ ਲਟਕੇ ਹੋਏ ਡੇਰਾ ਬਰੌਣਕ ਤਹਿਸੀਲ ਦੇ 500 ਕੰਮ ਅੱਜ ਨੇਪੜੇ ਚਾੜੇ ਜਾਣਗੇ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਤਿੰਦਰ ਕੁਮਾਰ, ਰਿੰਕਾ ਵਾਲੀਆ ਅਤੇ ਕ੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ। ਅੱਜ ਮਾਣਯੋਗ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਜਿਹੜਾ ਆ ਇੰਤਕਾਲਾਂ ਦੀ ਪੰਡੈਂਸੀ ਸੰਬੰਧੀ ਜਿਹੜਾ ਕੈਂਪ ਸਾਰੇ ਪੰਜਾਬ ਵਿੱਚ ਵੱਖ ਵੱਖ ਤਹਿਸੀਲਾਂ ਵਿੱਚ ਲੱਗਿਆ ਅਤੇ ਸਾਡੇ ਇੱਥੇ ਡੇਰਾ ਬਾਬਾ ਨਾਨਕ ਵਿੱਚ ਵੀ ਜਿਹੜਾ ਇਹ ਕੈਂਪ ਅਸੀਂ ਔਰਗੇਨਾਈਜ਼ ਕੀਤਾ। ਸਾਡੇ ਲਗਭਗ 500 ਦੇ ਕਰੀਬ ਇੰਤਕਾਲ ਪਿਛਲੀ ਪੰਡੈਂਸੀ ਹੈਗੀ ਹੈ। ਸਾਡੀ ਕੋਸ਼ਿਸ਼ ਅਸੀਂ ਸਾਰੀ ਦੀ ਸਾਰੀ ਨਿਰ ਇੰਤਕਾਲ ਪਬਲਿਕ ਕਾਫੀ ਆ ਰਹੀ ਹੈ, ਕਾਫੀ ਇੰਤਕਾਲ ਪੈਂਡਿੰਗ ਹੈ ਅਤੇ ਸਾਰੇ ਦੇ ਸਾਰੇ ਅਸੀਂ ਅੱਜ ਨਿਰ ਕਰਨ ਦੀ ਕੋਸ਼ਿਸ਼ ਹੋ ਰਹੇ ਕੰਮ ਉਹਨਾਂ ਦੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਕੋਸ਼ਿਸ਼ ਇੰਤਕਾਲ ਕਰ ਦਿੱਤੀ ਹੈ, ਕਾਫੀ ਇੰਤਕਾਲ ਤਕਰੀਬਨ 50-60 ਇੰਤਕਾਲ ਹੋ ਗਏ। ਅਸੀਂ ਲੱਗੇ ਪਏ ਹਾਂ ਸ਼ਾਮ ਤੱਕ ਬੈਠਾਂਗੇ, 5 ਵਜੇ ਤੱਕ ਜਿੰਨੇ ਵੀ ਇੰਤਕਾਲ ਹੋਵੇ ਸਾਰੀ ਪੰਡੈਂਸੀ ਅੱਜ ਕੱਢ ਕੇ ਜਾਵਾਂਗੇ। ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਦੇਸ਼ਾਂ 'ਤੇ ਜਿਹੜੇ ਸਾਰੇ ਪੰਜਾਬ 'ਚ ਤਹਿਸੀਲਾਂ 'ਚ ਸਭ ਤਹਿਸੀਲਾਂ ਦੇ ਵਿੱਚ ਜਿਹੜਾ ਇੰਤਕਾਲਾਂ ਦੇ ਸੰਬੰਧਿਤ ਕੈਂਪ ਲੱਗਿਆ, ਬੜੇ ਪੁਰਾਣੇ ਜਿਹੜੇ ਇੰਤਕਾਲ ਨੇ ਆ ਮੈਂ ਵੇਖਦਾ ਰਿਹਾ ਕਿ ਪਿਛਲੇ ਕੋਈ 5 ਸਾਲ ਤੋਂ ਕੋਈ 10 ਸਾਲ ਤੋਂ ਪੁਰਾਣੇ ਇੰਤਕਾਲ ਜਿਹੜੇ ਲੋਕਾਂ ਦੇ ਹੋਣ ਵਾਲੇ ਪਏ ਸੀਗੇ ਉਹ ਜਿਹੜੇ ਆ ਸਾਰੇ ਇੰਤਕਾਲ ਹੋਣੇ ਆ। ਤਾਂ ਮੈਨੂੰ ਅੰਦਾਜ਼ਾ ਕਿ ਤਹਿਸੀਲਦਾਰ ਸਾਹਿਬ ਦੇ ਕਹਿਣ ਦੇ ਮੁਤਾਬਕ ਲਗਭਗ 500 ਤੋਂ ਉੱਪਰ ਜਿਹੜਾ ਇੰਤਕਾਲ ਆ ਜਿਹੜਾ ਪੁਰਾਣਾ ਹੋਣ ਵਾਲਾ ਪਿਆ। 5 ਵਜੇ ਤੱਕ ਸਾਰੀ ਟੀਮ ਜਿਹੜੀ ਆ ਡੇਰਾ ਬਾਬਾ ਨਾਨਕ 'ਚ ਤਹਿਸੀਲਦਾਰ ਸਾਹਿਬ, ਨਾਇਬ ਤਹਿਸੀਲਦਾਰ ਸਾਹਿਬ, ਪਟਵਾਰੀ ਸਾਹਿਬਾਨ ਸਾਰੇ ਬੈਠੇ ਨੇ। ਟੋਟਲੀ ਜਿੰਨੇ ਪੁਰਾਣੇ ਇੰਤਕਾਲ ਪਏ ਨੇ ਸਾਰੇ ਜਿਹੜੇ ਇੰਤਕਾਲ ਕਰਕੇ ਜਿਹੜੀਆਂ ਪਬਲਿਕ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਉਹਨਾਂ ਦੀਆਂ ਪਰੇਸ਼ਾਨੀਆਂ